ਇਹ ਵੀਡੀਓ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸੰਬੰਧਿਤ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੀ ਪੇਪਰ ਨੇ ਆਨਲਾਈਨ ਕਰਾਏ ਜਾਣ। ਸੋ ਇਸ ਸੰਬੰਧੀ ਜਿਹੜੀ ਅਖਬਾਰ ਵਿੱਚ ਪੇਪਰ ਦੇ ਵਿੱਚ ਨਿਊਜ਼ ਆਈ ਹੈ ਕਿ ਓਮੀਕਰੋਨ ਵੇਰੀਐਂਟ ਕਰਕੇ ਅਤੇ ਅਧਿਆਪਕਾਂ ਦੀ ਹੜਤਾਲ ਕਰਕੇ ਵਿਦਿਆਰਥੀਆਂ ਦੇ ਜਿਹੜੇ ਆਉਣ ਵਾਲੀਆਂ ਪ੍ਰੀਖਿਆਵਾਂ ਨੇ ਉਹਨਾਂ ਨੂੰ ਆਨਲਾਈਨ ਮੋਡ ਵਿੱਚ ਕਰਾਉਣ ਲਈ ਪੰਜਾਬ ਸਰਕਾਰ ਕੋਲੋਂ ਰਿਕੁਐਸਟ ਕੀਤੀ ਹੈ। ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਈਮੇਲ ਰਾਹੀਂ ਵੀ ਐਪਲੀਕੇਸ਼ਨ ਭੇਜੀ ਗਈ ਹੈ ਕਿ ਜਿਹੜੇ ਵੀ ਦਸੰਬਰ 2021 ਦੀ ਪ੍ਰੀਖਿਆਵਾਂ ਨੇ ਆਨਲਾਈਨ ਮੋਡ ਦੇ ਵਿੱਚ ਕਰਵਾਈਆਂ ਜਾਣ, ਕਿਉਂਕਿ ਆਨਲਾਈਨ ਕਰਾਉਣ ਨਾਲ ਇੱਕ ਤਾਂ ਪੇਪਰਾਂ ਦੇ ਵਿੱਚ ਡਿਲੇ ਨਹੀਂ ਹੋਵੇਗਾ ਅਤੇ ਜਿਹੜੀਆਂ ਟਾਈਮ ਟੂ ਟਾਈਮ ਜਿਹੜੀਆਂ ਨੇ ਪ੍ਰੀਖਿਆਵਾਂ ਸਾਰੀਆਂ ਖਤਮ ਹੋ ਜਾਣਗੀਆਂ ਔਰ ਅਗਲਾ ਸਮੈਸਟਰ ਜਿਹੜਾ ਟਾਈਮਲੀ ਸਟਾਰਟ ਹੋ ਜਾਊਗਾ, ਕਿਉਂਕਿ ਕਰੋਨਾ ਕਰਕੇ ਜਿਹੜਾ ਮਾਹੌਲ ਹੈ ਫਿਰ ਵੀ ਖਰਾਬ ਹੋ ਰਿਹਾ ਹੈ ਔਰ ਜਿੰਨਾ ਵੀ ਕੰਮ ਹੈ ਉਹ ਸਾਰਾ ਲੇਟ ਹੋ ਰਿਹਾ। ਇਹ ਉੱਥੇ ਹੀ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਦੂਜੀਆਂ ਯੂਨੀਵਰਸਿਟੀਆਂ ਨੇ ਜਿਵੇਂ PTU ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਹੈ, ਆਨਲਾਈਨ ਕੰਡਕਟ ਕਰਾ ਰਹੀਆਂ ਨੇ, ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਜੇ ਤੱਕ ਵਿਦਿਆਰਥੀਆਂ ਦੇ ਲਈ ਆਫਲਾਈਨ ਮੋਡ ਰਾਹੀਂ ਇਗਜ਼ਾਮ ਕਰਨ ਦੀ ਕਨਫਰਮੇਸ਼ਨ ਹੋਈ ਹੈ। ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਓਮੀਕਰੋਨ ਵਾਇਰਸ ਕਰਕੇ ਵਿਦਿਆਰਥੀਆਂ ਦੀ ਸੁਰੱਖਿਆ ਜਿਹੜੀ ਹੈ ਉਹ ਜ਼ਰੂਰੀ ਹੈ, ਇਸ ਕਰਕੇ ਪ੍ਰੀਖਿਆਵਾਂ ਆਨਲਾਈਨ ਮੋਡ ਦੇ ਵਿੱਚ ਕਰਾਈਆਂ ਜਾਣ, ਕਿਉਂਕਿ ਹਜੇ ਤੱਕ ਬਹੁਤ ਸਾਰੇ ਵਿਦਿਆਰਥੀਆਂ ਦੀ ਮੁਕੰਮਲ ਵੈਕਸੀਨੇਸ਼ਨ ਨਹੀਂ ਹੋਈ ਹੈ, ਕਿਉਂਕਿ ਜੇ ਵੈਕਸੀਨੇਸ਼ਨ ਹੋਏਗੀ ਤਾਂ ਹੀ ਤੁਹਾਡੀ ਪ੍ਰੋਟੈਕਸ਼ਨ ਜ਼ਿਆਦਾ ਹੋ ਸਕਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਸਭ ਨੂੰ ਇਹ ਵੀ ਪਤਾ ਹੈ ਕਿ ਜਿਹੜੇ ਟੀਚਰਸ ਨੇ ਉਹ ਵੀ 7ਵੇਂ ਪੇ ਕਮਿਸ਼ਨ ਦੀਆਂ ਡਿਮਾਂਡਸ ਨੂੰ ਲੈ ਕੇ ਹੁਣ ਸਟ੍ਰਾਈਕ ਦੇ ਉੱਪਰ ਬੈਠ ਗਏ ਹਨ ਔਰ ਇਹ ਸਟ੍ਰਾਈਕ ਕਿੰਨਾ ਦੇਰ ਚੱਲੇਗੀ ਕਿਸੇ ਨੂੰ ਕੁਛ ਨਹੀਂ ਪਤਾ, ਕਿਉਂਕਿ ਸਾਰੇ ਟੀਚਰ ਸਟ੍ਰਾਈਕ 'ਤੇ ਹੋਣ ਕਰਕੇ ਜਿੰਨੇ ਵੀ ਪੇਪਰ ਨੇ ਉਹ ਸਾਰੇ ਪ੍ਰੈਕਟੀਕਲ ਐਜ਼ ਵੈਲ ਐਜ਼ ਜਿੰਨੇ ਵੀ ਥਿਊਰੀ ਇਗਜ਼ਾਮਸ ਨੇ ਉਹ ਸਾਰੇ 14 ਤਰੀਕ ਤੱਕ ਮੁਲਤਵੀ ਕਰ ਦਿੱਤੇ ਗਏ ਸੀ। ਸੋ ਆਨਲਾਈਨ ਪ੍ਰੀਖਿਆਵਾਂ ਦੀ ਮੰਗ ਜਿਹੜੀ ਕਰਦੇ ਹੋਏ ਉਹਨਾਂ ਨੇ ਦੱਸਿਆ ਹੈ, ਤਾਂ ਇਹ ਜਿਹੜੀ ਕਟਿੰਗ ਹੈ ਇਹ ਅਖਬਾਰ ਦੇ ਵਿੱਚ ਜਿਹੜੀ। ਸੋ ਇਹ ਸਾਰੀ ਨਿਊਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸੰਬੰਧਿਤ ਹੈ। ਉੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅੱਜ ਜਿਹੜਾ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਟੂਡੈਂਟ ਸੰਘਰਸ਼ ਮੋਰਚ ਦੇ ਪ੍ਰਧਾਨ ਵੱਲੋਂ ਇੱਕ ਲਾਈਵ ਹੋ ਕੇ ਵੀਡੀਓ ਦੱਸੀ ਗਈ, ਤੁਹਾਨੂੰ ਵੀਡੀਓ ਸੁਣਾ ਦਿੰਦੇ ਹਾਂ। ਵਿਦਿਆਰਥੀ ਸਾਥੀਓ, ਆਪਾਂ ਸਵੇਰੇ ਲਾਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਸਾਰੇ ਇਕੱਤਰਿਤ ਹੋ ਰਹੇ ਹਾਂ ਆਨਲਾਈਨ ਐਗਜ਼ਾਮੀਨੇਸ਼ਨ ਦੇ ਮਸਲੇ ਨੂੰ ਲੈ ਕੇ। ਗੱਲ ਸਾਫ਼ ਅਤੇ ਸਪੱਸ਼ਟ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਸਮੇਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਬਾਕੀ ਯੂਨੀਵਰਸਿਟੀਆਂ ਨੇ ਆਨਲਾਈਨ ਐਗਜ਼ਾਮੀਨੇਸ਼ਨ ਤੈਅ ਕਰ ਦਿੱਤੇ ਹਨ ਔਰ ਹੁਣ ਟੀਚਰ ਐਸੋਸੀਏਸ਼ਨ ਜਿਹੜੀ ਆਪਣੀ ਹੈ, ਜਿਨ੍ਹਾਂ ਨੇ ਲੈਕਚਰਰਸ ਨੇ, ਉਹਨਾਂ ਨੇ ਵੀ ਕਹਿ ਦਿੱਤਾ ਵੀ ਅਸੀਂ ਆਨਲਾਈਨ ਐਗਜ਼ਾਮ ਦੇ ਵਿੱਚ ਬੱਚਿਆਂ ਦੇ ਨਾਲ ਸਹਿਮਤ ਹਾਂ, ਤਾਂ ਫਿਰ ਸਾਨੂੰ ਵੀ ਕੱਲ੍ਹ ਆਪਣੇ ਮੋਰਚੇ 'ਤੇ ਡਟ ਜਾਣਾ ਚਾਹੀਦਾ ਹੈ। ਕੱਲ੍ਹ 15 ਦਸੰਬਰ ਨੂੰ ਸਵੇਰੇ 10 ਵਜੇ ਖਾਲਸਾ ਕਾਲਜ ਤੋਂ ਚੱਲਣਾ ਹੈ ਔਰ ਮੰਤਰੀ ਸਿੱਖਿਆ ਮੰਤਰੀ ਜਿਹੜੇ ਪ੍ਰਗਟ ਸਿੰਘ ਆ ਉਹਨਾਂ ਦੀ ਕੋਠੀ ਦਾ ਘਿਰਾਓ ਕਰਨਾ ਹੈ। ਸੋ ਇਸ ਕਰਕੇ ਸਾਰੇ ਵਿਦਿਆਰਥੀ ਹੁੰਮ ਹੁਮਾ ਕੇ ਪੂਰੀ ਤਨਦੇਹੀ ਮਨਦੇਹੀ ਦੇ ਨਾਲ ਪਹੁੰਚੋ ਤਾਂ ਜੋ ਆਪਾਂ ਇਸ ਕਾਰਜ ਨੂੰ ਸਫਲ ਕਰੀਏ। ਬਾਕੀ ਸਭ ਆਪ ਜੀ ਦੀ ਏਕਤਾ ਔਰ ਇਕੱਠਤਾ ਦਿੱਤੇ ਹੈ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ। ਲੇਟੈਸਟ ਅਪਡੇਟ ਦੇ ਲਈ ਚੈਨਲ ਦੇ ਨਾਲ ਬਣੇ ਰਹੋ।